ਪਿੰਡਾਂ ਵਿੱਚ ਪਹੁੰਚ ਰਹੇ ਰਾਜਨੀਤਿਕ ਨੇਤਾਵਾਂ ਦਾ ਘਰਾਵ ਜਾਰੀ। ਕਿਸਾਨਾਂ ਨੇ ਫਿਰ ਘੇਰਿਆ ਦਵਿੰਦਰ ਸਿੰਘ ਬਾਇਆ। ਨਮਸਕਾਰ ਦੋਸਤੋ, AM TV ਦੇਖ ਰਹੇ ਦੋਸਤਾਂ ਦਾ ਸਵਾਗਤ ਹੈ। ਕਿਸਾਨੀ ਅੰਦੋਲਨ ਦੇ ਚਲਦਿਆਂ ਪਿੰਡਾਂ ਵਿੱਚ ਆ ਰਹੇ ਰਾਜਨੀਤਿਕ ਨੇਤਾਵਾਂ ਦਾ ਘਰਾਵ ਜਾਰੀ ਹੈ। ਬੀਤੇ ਦਿਨੀ ਫਾਜ਼ਿਲਕਾ ਦੇ ਪਿੰਡ ਮੁਨਸ਼ੀ ਰਾਮ ਵਿਖੇ ਪਹੁੰਚੇ ਦਵਿੰਦਰ ਸਿੰਘ ਬਾਇਆ ਨੂੰ ਕਿਸਾਨਾਂ ਵੱਲੋਂ ਘੇਰ ਕੇ ਸਵਾਲ ਜਵਾਬ ਕੀਤੇ ਗਏ ਅਤੇ ਕਿਸਾਨਾਂ ਅਤੇ ਦਵਿੰਦਰ ਸਿੰਘ ਬਾਇਆ ਦੇ ਵਿੱਚ ਤਿੱਖੀ ਬਹਿਸ ਵੀ ਹੋਈ। ਉੱਥੇ ਮੌਜੂਦ ਕਿਸਾਨਾਂ ਨੇ ਦਵਿੰਦਰ ਸਿੰਘ ਬਾਇਆ ਦੀ ਕਾਰਜਕਾਰੀ 'ਤੇ ਸਵਾਲ ਵੀ ਚੁੱਕੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ 4.5 ਸਾਲ ਬੀਤ ਗਏ ਹਨ, ਪਰ ਹੁਣ ਚੋਣਾਂ ਨੇੜੇ ਆ ਰਹੀਆਂ ਹਨ ਔਰ ਰਾਜਨੀਤਿਕ ਨੇਤਾਵਾਂ ਵੱਲੋਂ ਵੱਡੇ ਵੱਡੇ ਵਿਕਾਸ ਕਾਰਜਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਤੁਸੀਂ ਵੀ ਦੇਖੋ ਦਵਿੰਦਰ ਸਿੰਘ ਬਾਇਆ ਔਰ ਕਿਸਾਨਾਂ ਦੇ ਵਿੱਚ ਹੋਈ ਬਹਿਸ ਦੀ ਇਹ ਵੀਡੀਓ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਪੰਜਾਬ ਸਰਕਾਰ ਸਾਡੇ ਸਵਾਲਾਂ ਦੇ ਜਵਾਬ ਦਿਓ। ਹੋਰ ਅੰਕਲ ਜੀ, ਕੀ ਹਾਲ ਹੈ? ਠੀਕ ਹੋ? ਵਧੀਆ। ਪਹਿਲਾਂ ਤਾਂ ਤੁਹਾਡਾ ਸਵਾਗਤ, ਤੁਸੀਂ ਇੱਥੇ ਆਏ ਹੋ ਅਤੇ ਅੱਜ 4 ਸਾਲ ਹੋ ਗਏ, 4 ਸਾਲ ਤਾਂ ਆਏ ਨਹੀਂ ਜੀ। ਕਿਉਂ ਨਹੀਂ ਆਏ ਜੀ? ਇਹਨਾਂ ਨੂੰ ਪੁੱਛੋ ਸਰਪੰਚ ਸਾਹਿਬ, ਕਿੰਨੇਰੀ ਤੋਂ ਵੀ ਟਾਣੀ 'ਤੇ ਆਇਆ? ਨਹੀਂ, ਸਾਨੂੰ ਤਾਂ ਨਹੀਂ ਵਿਖੇ ਜੀ। ਤੁਸੀਂ ਹੁਣ ਤੁਸੀਂ ਆਪ ਨਹੀਂ ਇੱਥੇ ਹੋ ਗਏ, ਤੁਸੀਂ ਮੈਂ ਤੁਹਾਨੂੰ ਕੁਛ ਕਰ ਸਕਦਾ? ਕਾਂਗਰਸ ਸਰਕਾਰ ਨੇ ਇੰਨੇ ਵਾਅਦੇ ਕੀਤੇ, ਘਰ ਘਰ ਨੌਕਰੀਆਂ, ਮੇਰੀ ਸਾਰੀ ਪੰਚਾਇਤ ਦੇ ਨੌਜਵਾਨ ਕਰਨੇ, ਇੱਕ ਬੰਦਾ ਨਹੀਂ ਨੌਕਰੀ ਲੱਗਿਆ ਜੀ। ਤੁਸੀਂ ਹੁਣ ਪੁਲਿਸ 'ਚ ਨੌਕਰੀਆਂ, ਬਿਜਲੀ ਬੋਰਡ 'ਚ ਨੌਕਰੀਆਂ, ਸਾਰੇ ਪਾਸੇ ਨਿਕਲੇ, ਅਪਲਾਈ ਕਰੋ। ਚੋਣ ਜ਼ਾਬਤਾ ਲੱਗਾ, ਤੁਹਾਡੀ ਕਾਬਲੀਅਤ ਦੇ, ਤੁਹਾਡੀ ਕਾਬਲੀਅਤ ਦੇ ਆਧਾਰ ਤੇ ਇੰਸਪੈਕਟਰ ਤੋਂ ਮੈਂ ਪੇਪਰ ਦਿੱਤਾ, ਉਹ ਪੇਪਰ ਹੀ ਕੈਂਸਲ ਕਰ ਦਿੱਤਾ ਗਿਆ। ਉਹ ਦੁਬਾਰਾ ਹੋ ਜਾਏਗਾ ਜੇ ਕੈਂਸਲ ਹੋਏ ਪੇਪਰ ਦਿੱਤਾ। ਨਸ਼ਾ ਕਿਹਾ ਸੀ ਇੱਕ ਹਫ਼ਤੇ 'ਚ ਖਤਮ ਕਰਾਂਗੇ, ਨਸ਼ਾ ਹੋਈ ਉਹ ਨਸ਼ਾ, ਮੈਂ ਪਿੰਡ ਜਾ ਕੇ ਬੰਦੇ 'ਚ ਵਿਖਾ ਸਕਦਾ ਨਸ਼ਾ? ਜਾਂਦੇ ਕੋਲ ਮੋਬਾਈਲ ਖੋ ਕੇ ਲੈ ਜਾਂਦੇ ਆ। ਨਸ਼ੇ ਵਾਲੇ ਮੁੱਦਿਆਂ ਦੀ ਲੜਾਈ ਹੈ ਸਾਰੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ। ਨਸ਼ਾ ਖਤਮ ਮੈਂ ਮੰਨਦਾ ਨਹੀਂ ਹੋਇਆ, ਪਰ ਘਟਿਆ ਹੈ ਪਿਛਲੀ ਸਰਕਾਰ ਨਾਲ। ਹੁਣ ਨੌਕਰੀਆਂ ਦੀ ਗੱਲ ਹੈ, ਤੁਸੀਂ ਆਪ ਕਹਿ ਰਹੇ ਹੋ ਕਿ ਟੈਸਟ ਮੈਂ ਦਿੱਤਾ ਕੈਂਸਲ ਹੋ ਗਿਆ, ਇਹਦਾ ਮਤਲਬ ਨੌਕਰੀਆਂ ਸਰਕਾਰ ਨੇ ਕੱਢੀਆਂ। ਹਰ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਨਿਕਲੀਆਂ ਹੋਈਆਂ, ਚਾਹੇ ਉਹ ਬਿਜਲੀ ਬੋਰਡ 'ਚ, ਚਾਹੇ ਉਹ ਪੁਲਿਸ ਦੇ। ਮੇਰੇ ਕੋਲ ਤਾਂ ਰੋਜ਼ ਲੋਕ ਆ ਕੇ ਮਿਲਦੇ ਆ ਕਿ ਸਾਡੀ ਸਿਫਾਰਿਸ਼ ਕਰੋ, ਪਰ ਇੱਕ ਮਿੰਟ ਗੱਲ ਸੁਣੋ। ਉਹਨਾਂ ਨੂੰ ਇਹੀ ਕਹੀਗਾ ਕਿ ਤੁਹਾਡੀ ਕਾਬਲੀਅਤ ਦੇ ਆਧਾਰ 'ਤੇ ਤੁਹਾਨੂੰ ਨੌਕਰੀ ਮਿਲੂਗੀ, ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਹੈਗੀ, ਔਰ ਤੁਹਾਡੇ 'ਚ ਕਾਬਲੀਅਤ ਹੈਗੀ ਕਿ ਤਾਂ ਤੁਸੀਂ ਲੱਗੋਗੇ। ਸੋ ਸਰਕਾਰ ਇਹੀ ਕਰ ਸਕਦੀ ਕਿ ਨੌਕਰੀਆਂ ਕੱਢੇ, ਉਹ ਅਸੀਂ ਕੱਢੀਆਂ ਹੋਈਆਂ, ਔਰ ਤੁਸੀਂ ਅਪਲਾਈ ਕਰੋ, ਤੁਸੀਂ ਲੱਗੋ। ਅਪਲਾਈ ਕਰਦੇ ਆ, ਫਾਰਮ ਭਰਦੇ ਆ, ਸਾਰਾ ਕੁਝ ਦਾ ਪੇਪਰ ਹੀ ਕੈਂਸਲ ਕਰ ਦਿੱਤੇ ਜਾਂਦੇ ਸਾਰਾ। ਚੋਣ ਜ਼ਾਬਤਾ ਲੱਗ ਜਾਣਾ, ਚੋਣ ਜ਼ਾਬਤੇ ਨੂੰ ਤਾਂ 6 ਮਹੀਨੇ ਪਏ। ਨਾਗਰੀਆਂ ਚੋਰੀਆਂ ਹੋ ਰਹੀਆਂ, ਗੁੰਡਾ ਕਰਦੀ ਹੋ ਰਹੀ, ਚੋਰਾਂ ਨੂੰ ਫੜਿਆ ਨਹੀਂ ਜਾਂਦਾ, ਉਲਟਾ ਕੋਈ ਕਾਰਵਾਈ ਨਹੀਂ ਹੁੰਦੀ। ਆ ਮੰਡੀ 'ਚ ਮੋਬਾਈਲ ਚੱਕ ਕੇ ਲੈ ਕੇ ਦੁਕਾਨ ਤੋਂ ਅਸੀਂ ਦੇਣੇ ਆ, ਫੋਨ ਪਹਿਲਾਂ ਆ ਜਾਂਦੇ ਰੋ ਨਾ ਛੱਡਣ ਵਾਲੇ, ਕੋਈ ਕਾਰਵਾਈ ਨਹੀਂ। ਉਹ ਕਹਿੰਦੇ ਨਾ ਵਾਲੇ ਫੋਨ ਪਹਿਲਾਂ ਆ ਜਾਂਦੇ, ਉਹ ਕਹਿੰਦੇ ਉਹ ਬੰਦਾ ਨਸ਼ਾ ਕਰਦਾ, ਹੁਣ ਸਾਡਾ ਕੀ ਸੁਰ ਨਸ਼ਾ ਕਰਦਾ ਯਾਰ, ਸਾਡੇ ਤੋਂ ਮੋਬਾਈਲ ਚੋਰੀ ਹੁੰਦੇ ਨੇ। ਚੋਰੀਆਂ ਵਾਲਾ ਮਸਲਾ ਹੈ, ਉਹ ਮੈਂ ਗੱਲ ਹੁਣੇ ਕਰ ਲੈਣਾ, ਚੋਰੀਆਂ ਤੋਂ ਪੂਰੀ ਸਖਤੀ ਕਰ ਦਿੰਦੇ ਆ। ਚੋਰੀ ਤੇ ਨਸ਼ੇ ਵਾਲਾ ਬੰਦਾ ਕੋਈ ਬਰਦਾਸ਼ਤ ਨਹੀਂ ਕੀਤਾ ਜਾਏਗਾ, ਨਾ ਕਿਸੇ ਨੂੰ ਵੀ ਨਹੀਂ ਛੱਡਿਆ ਜਾਊਗਾ। ਤੇ ਸਿਹਤ ਸਹੂਲਤਾਂ ਦਾ ਵੀ ਕਰੀਏ ਨਹੀਂ, ਜਲਾਲਾਬਾਦ ਆਪਾਂ ਐਡਾ ਵੱਡਾ ਚਿੱਟਾ ਹਾਥੀ ਖੜਾ ਕੀਤਾ, ਤਾਂ ਉਹਦੇ ਡਾਕਟਰ ਕੋਈ ਨਹੀਂ, ਮੈਂ ਗਿਆ ਕੋਈ ਡਾਕਟਰ ਨਹੀਂ ਉੱਥੇ ਵਿਖਦਾ ਜੀ। ਹਸਪੀਟਲ ਫਾਜ਼ਿਲਕਾ ਬਣਾ ਰਹੇ ਆ, 4 ਸਾਲ ਨਵਾਂ ਹਸਪੀਟਲ ਫਾਜ਼ਿਲਕਾ ਬਣ ਰਿਹਾ, ਥੋੜੇ ਦਿਨਾਂ ਦੇ ਵਿੱਚ ਉਹ ਕੰਪਲੀਟ ਹੋ ਗਿਆ। ਬਿਲਡਿੰਗਾਂ 2 ਸਾਲ ਪਹਿਲਾਂ ਦੇ ਤਿਆਰ ਹੋਈਆਂ, ਬਿਨ ਉਦਘਾਟਨ ਤਾਂ ਨਹੀਂ ਕੀਤਾ ਕਿ ਵੀ ਇਲੈਕਸ਼ਨ ਆਵੇਗਾ ਨੇੜੇ ਆ ਕੇ ਆਪਾਂ ਕਰਾਂਗੇ। 2 ਸਾਲ ਦੀ ਅਜੇ ਹੁਣ ਤਿਆਰ ਹੋਈਆਂ, ਉਹ ਜਲਾਲਾਬਾਦ ਦੇ ਡਾਕਟਰ ਫਿਰ ਬੁਲਾ ਦੇ। ਉਹ ਜਲਾਲਾਬਾਦ ਤਾਂ ਮੇਰਾ ਹਲਕਾ ਹੈ ਨਹੀਂ, ਮੇਰਾ ਹਲਕਾ ਤਾਂ ਫਾਜ਼ਿਲਕਾ ਹੈ, ਮੈਂ ਫਾਜ਼ਿਲਕਾ ਦੀ ਗੱਲ ਕਰ ਰਿਹਾ। ਫਾਜ਼ਿਲਕਾ ਦੀ ਕਿਹੜੀ ਸੇਵਾ ਹੋਊਗਾ ਜੀ? 4.5 ਸਾਲ ਹੋ ਗਏ ਤੁਸੀਂ ਕੰਮ ਕੀਤਾ, ਆ ਸੜਕ ਨੂੰ ਕਿੰਨੇ 4 ਸਾਲ ਹੋ ਗਏ ਤੁਹਾਡੇ ਕੋਲ ਜਾਂਦੇ ਨੂੰ? ਇਹ ਰਿਪੇਅਰ 'ਚ ਪੈ ਗਈ ਜੀ, ਰਿਪੇਅਰ ਹੋ ਜਾਏ। 4 ਸਾਲ ਹੋ ਗਏ ਅਜੇ ਤੱਕ ਤਾਂ ਬਣੀ ਨਹੀਂ ਉਹ ਸੜਕ। ਜਦੋਂ ਵੋਟਾਂ ਦੇ ਟਾਈਮ ਆਉਂਦਾ ਉਦੋਂ ਹੀ ਕਿਉਂ ਰਿਪੇਅਰ 'ਚ ਪੈਂਦੇ ਨੇ ਜੀ? 4 ਸਾਲ ਪਹਿਲਾਂ ਆਪਾਂ ਕਿੱਦਾਂ ਆਏ ਜੀ? ਜਦੋਂ 6 ਸਾਲ ਬਾਅਦ ਸੜਕ ਜਿਹੜੀ ਹੁੰਦੀ ਹੈ, 6 ਸਾਲਾਂ ਬਾਅਦ ਉਹ ਰਿਪੇਅਰ ਹੋ ਸਕਦੀ ਹੈ। ਇਹ ਸੜਕ ਨੂੰ 25 ਸਾਲ ਹੋ ਗਏ ਨੂੰ ਬਣੀ ਨੂੰ, ਇਹਨੂੰ 25 ਸਾਲ ਹੋ ਗਏ ਨੂੰ ਬਣੀ ਨੂੰ, ਕਾਗਜ਼ਾਂ ਵਿੱਚ ਸਾਨੂੰ ਨਹੀਂ ਪਤਾ ਕਿੰਨੀਆਂ ਰਿਪੇਅਰ ਪੈ ਚੁੱਕੀ ਹੈ। ਸਾਡੀ ਸਰਕਾਰ ਹੁਣ ਰਿਪੇਅਰ ਕਰ ਰਹੀ ਹੈ ਨਾ ਸੜਕਾਂ ਪਿਛਲੀਆਂ, ਕਰ ਰਹੀ ਹੋਸੀ, ਪਰ ਸਾਡੇ ਕੋਲ ਤਾਂ ਕੋਈ ਨਹੀਂ ਹੈ, ਅਸੀਂ ਕਿਵੇਂ ਮੰਨੀਏ ਵੀ ਸਾਡੀਆਂ ਹੋਈਆਂ ਨਹੀਂ? ਇਹ ਮੰਨਦੇ ਹੀ ਨਹੀਂ ਐਕਚੁਅਲ ਚਾਹੂਗੀ ਜੀ। ਤੁਹਾਡੇ ਇੱਥੇ ਸੜਕ ਰਿਪੇਅਰ ਹੋਊਗੀ, ਕੱਲੀ ਆ ਨਹੀਂ, ਤੁਸੀਂ ਆਸੇ ਪਾਸੇ ਵੀ ਵੇਖ ਰਹੇ ਹੋ ਕਿੰਨੀਆਂ ਸੜਕਾਂ ਰਿਪੇਅਰ ਹੋ ਰਹੀਆਂ। ਤੁਹਾਡੀ ਵੀ ਟੈਂਡਰ ਲੱਗਿਆ ਹੋਇਆ ਹੈ, ਰਿਪੇਅਰ ਹੋ ਗਈ ਹੋਣੀ ਹੈ, ਟੈਂਡਰ ਲੱਗਿਆ ਹੋਇਆ ਹੈ, ਚੋਣ ਜਲ ਤਾਂ ਲੱਗ ਜਾਣੀ, ਖਤਮ ਹੋ ਜਾਣੀ। ਚੋਣ ਜਲ ਤੇ ਨੂੰ ਤਾਂ ਅਜੇ 3 ਮਹੀਨੇ ਪਏ ਆ। ਚਲੋ ਇਹ ਦੱਸੋ ਵੀ ਅਗਲੀ ਵਾਰੀ ਤੁਹਾਡੀ ਸਰਕਾਰ ਆਉਂਦੀ ਹੈ, ਜਿਹੜਾ ਸਾਰਾ
काम प्राइवेट हो रहा है सरकारी इदारे च लिया की कितनी कोशिश करोगे? बिल्कुल और मैनिफेस्टो सरकार बनाऊगी ओदे च मैनिफेस्टो नहीं पिछली वारी बनया एक हफ्ते च नशा कैप्टन ज्यादा तुसी करांगे सिद्धू आ गया बस रोटा ले लेनी है बाद जो ही सारा कुछ अगे धरने लग रहे सी पटियाले होन लग रहे चन्नी ने कर के बस कुछ कोई लोड हुंदी है साडे मुंडे चंडीगढ़ धरना लान गए बीएड दी जेडी पोस्टां दे पास जेडे हैगे ने उन्होंने जेल में सटेगा दो दो दिन जेल चो रहने की ये सरकार ने भी नौजवान मुंडिया जेल जी आप तक दी है जी निकलिया सारे डिपार्टमेंटा च निकलिया तू भी पता नौकरी नहीं चाहिए सानू कुछ नहीं चाहिए सानू चाहिए नशा बंद ओ किवें करोगे सानू दसो सानू होर कोई ना सड़क चाहिए सड़क चाहिए साडे नौजवान वधिया रहन दसो केड़ा नशा बेचदा कोई ओ तां तुहानू सारा पुलिस प्रशासन तुहानू सारा सानू होर कुछ नहीं चाहिए चिट्टे सप्लाई इत्थे सारी हुंदी सानू इह रोक होर कुछ नहीं चाहिए और सानू कुछ नहीं नंबर दो थोड़ा सी आराम ना लाई ना तेरा पैरा था ये जी नहीं जावा ना ते बंदे ने मुश्किल होई खड़ी है टूल टैक्स नजायज लगया सी तुसी प्रेस कॉन्फ्रेंस में बयान देता सी तुसी आप तुसी क्या सी एक महीने दे बीच अंदर अंदर मैं टूल टैक्स बात करवा टूल टैक्स तो इस साल दा लगभग 1.5 साल हो गया आज चले मारे डेली निकल दिया जी मेरा खेत बिलकुल नाल है डेली शाम नू ट्राले बरीक रात नू निकलदे ने बंदे जेड़े काम बंदे ने इक चुल्ले वास्ते पत्थर रेत दा लेना हुंदा ते परचा हुंदा क्यों हुंदा जी मैं मोटरसाइकिल चार पत्थर दे प्रशासन की मिली भुगतना।